I'm not
ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ 553ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਸਿੰਘ ਸਭਾ ਸੰਨੀ ਇਨਕਲੇਵ ਸੈਕਟਰ 125 ਜ਼ਿਲ੍ਹਾ ਮੋਹਾਲੀ ਵੱਲੋਂ ਪ੍ਰਭਾਤ ਫੇਰੀਆਂ ਹਰ ਸਾਲ ਦੀ ਤਰ੍ਹਾਂ 25 ਅਕਤੂਬਰ ਤੋਂ ਕੱਢੀਆਂ ਗਈਆਂ ਸਨ ਅੱਜ 6 ਨਵੰਬਰ ਹੈ 6 ਨਵੰਬਰ ਤੱਕ 13 ਦਿਨਾਂ ਦੇ ਵਿੱਚ ਪ੍ਰਭਾਤ ਫੇਰੀਆਂ ਰੋਜ਼ਾਨਾ ਹੀ ਸੰਗਤਾਂ ਬਹੁਤ ਹੀ ਵੱਡੀ ਗਿਣਤੀ ਵਿੱਚ ਹਾਜ਼ਰ ਹੁੰਦੀਆਂ ਰਹੀਆਂ ਅੰਮ੍ਰਿਤ ਵੇਲੇ 4:30 ਵਜੇ ਪ੍ਰਭਾਤ ਫੇਰੀ ਦੀ ਰਮਤਾ ਹੁੰਦੀ ਸੀ ਸੋ ਅੱਜ ਦਾ ਇਹ ਅਖੀਰਲਾ ਸਾਡਾ ਪੜਾਓ ਆ ਪ੍ਰਭਾਤ ਫੇਰੀ ਦੀ ਸੰਪੂਰਨਤਾ ਹੋਈ ਹੈ ਇਸ ਪੜਾਅ ਦੇ ਗ੍ਰਹਿ ਵਿਖੇ 2900 ਨੰਬਰਾਂ ਦੇ ਵਿੱਚ ਗਲੀ ਦੇ ਵਿੱਚ ਇਸ ਤੋਂ ਬਾਅਦ ਹੁਣ ਪ੍ਰਭਾਤ ਫੇਰੀ ਗੁਰਦੁਆਰਾ ਸਾਹਿਬ ਵਿਖੇ ਸੰਪੂਰਨ ਅਰਦਾਸ ਹੋਵੇਗੀ ਸੰਗਤਾਂ ਉੱਥੇ ਪੁੱਜਣਗੀਆਂ ਗੁਰੂ ਤੋਂ ਆਸ਼ੀਰਵਾਦ ਲੈਣਗੀਆਂ ਨਤਮਸਤਕ ਹੋਣਗੀਆਂ ਅਤੇ ਬਹੁਤ ਬਹੁਤ ਭਰਵਾਂ ਹੁੰਗਾਰਾ ਮਿਲਿਆ ਸੰਗਤਾਂ ਵੱਲੋਂ ਅਤੇ ਗੁਰੂ ਨਾਨਕ ਪੁਰਬ ਦੀ ਲੱਖ ਲੱਖ ਮੁਬਾਰਕ ਹੋਵੇ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਅਗਲੇ ਗੁਰਪੁਰਬ ਗੁਰੂ ਗੋਬਿੰਦ ਸਿੰਘ ਜੀ ਦੇ ਉਹਦੇ ਵਿੱਚ ਵੀ ਇਸ ਤੋਂ ਵੱਧ ਚੜ੍ਹ ਕੇ ਸਾਨੂੰ ਹਾਜ਼ਰੀ ਭਰਨ ਦਾ ਮੌਕਾ ਮਿਲੇ ਸ਼ਬਦਾਂ ਨਾਲ ਕਿਮਾਂ ਦਾ ਜੱਜ ਪਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।